ਸੋ ਭਾਜੀ ਚਰਚਾ ਦਾ ਵਿਸ਼ਾ ਹਮੇਸ਼ਾ ਹੀ ਕੈਨੇਡਾ ਰਿਹਾ। ਵੀਜ਼ਾਸ ਵੀ ਬਹੁਤ ਜ਼ਿਆਦਾ ਦਿੱਤੇ ਗਏ ਨੇ ਤੇ ਰਿਊਮਰਸ ਵੀ ਬਹੁਤ ਜ਼ਿਆਦਾ ਨੇ। ਸੋ ਅੱਜ ਬਹੁਤ ਜ਼ਿਆਦਾ ਲੋਕ ਕੈਨੇਡਾ ਨੂੰ ਲੈ ਕੇ ਨੈਗੇਟਿਵ ਕਿਉਂ ਹੈ? ਕੈਨੇਡਾ ਨੂੰ ਲੈ ਕੇ ਲੋਕ ਨਹੀਂ ਨੈਗੇਟਿਵ, ਲੋਕਾਂ ਨੂੰ ਨੈਗੇਟਿਵ ਕੀਤਾ ਜਾ ਰਿਹਾ। ਉਹ ਕਹਿੰਦੇ ਨੇ ਨਾ, ਹੱਥ ਨਾ ਲੱਗੇ ਤੋ ਥੂ ਕੌੜੀ, ਇਹੀ ਮਤਲਬ ਹੈ। ਬਹੁਤ ਸਾਰੇ ਏਜੰਟਸ ਹੈ ਜਿਨ੍ਹਾਂ ਨੂੰ ਅਟੈਸਟੇਸ਼ਨ ਲੈਟਰਸ ਨਹੀਂ ਮਿਲ ਰਹੀਆਂ, ਜਾਂ ਜਿਨ੍ਹਾਂ ਦੇ ਉਸ ਕਾਲਜਿਸ, ਉਸ ਇੰਸਟੀਟਿਊਸ਼ਨਸ, ਉਸ ਯੂਨੀਵਰਸਿਟੀਜ਼ ਦੇ ਨਾਲ ਨਹੀਂ ਕੰਟਰੈਕਟ ਨੇ, ਨਹੀਂ ਲੈ ਪਾ ਰਹੇ। ਇਸ ਲਈ ਕੈਨੇਡਾ ਨੂੰ ਇਹ ਕਹਿ ਗਿਆ ਕਿ ਬੰਦ ਕੀਤਾ ਜਾ ਰਿਹਾ ਕਿ ਉੱਥੇ ਕੰਮ ਨਹੀਂ ਹੈ। ਯਾਰ, ਕਿਹੜੀ ਕੰਟਰੀ ਹੈ ਜਿੱਥੇ ਕੰਮ ਮੁੱਕ ਜਾਂਦਾ ਹੈ? ਸਪੈਸ਼ਲੀ ਵੈਨ ਯੂ ਆਰ ਟਾਕਿੰਗ ਅਬਾਊਟ ਅ ਵੈਸਟਰਨ ਨੇਸ਼ਨ, ਕੰਮ ਨਹੀਂ ਹੈ। ਹਾਊਸਿੰਗ ਕ੍ਰਾਈਸਿਸ ਹੈ ਕੈਨੇਡਾ ਦੇ ਵਿੱਚ। ਜੇ ਮੈਂ ਆਸਟ੍ਰੇਲੀਆ ਦੇ ਸਟੈਟਿਸਟਿਕਸ ਦੱਸਾਂ, 4% ਇੰਟਰਨੈਸ਼ਨਲ ਸਟੂਡੈਂਟ ਹੈ ਜਿਹੜਾ ਰੈਂਟਲ ਮਾਰਕੀਟ ਦੇ ਵਿੱਚ ਹੈ। ਐਂਡ ਸਿਮਿਲਰ ਸਟੈਟਿਸਟਿਕਸ ਆਰ ਇਨ ਕੈਨੇਡਾ ਐਸ ਵੈਲ। 5% ਇੰਟਰਨੈਸ਼ਨਲ ਸਟੂਡੈਂਟ ਰੈਂਟਲ ਮਾਰਕੀਟ ਦੇ ਵਿੱਚ ਮੌਜੂਦ ਹੈ। ਕੀ ਇੰਟਰਨੈਸ਼ਨਲ ਸਟੂਡੈਂਟਸ ਕਰਕੇ ਹਾਊਸਿੰਗ ਕ੍ਰਾਈਸਿਸ ਹੈ? ਨਹੀਂ, ਬਟ ਔਨ ਦੀ ਅਦਰ ਹੈਂਡ ਮੈਜੋਰਿਟੀ ਆਫ ਦੀਸ ਵੈਸਟਰਨ ਨੇਸ਼ਨ ਕੋ ਇੱਕ ਪਲਾਨ ਹੈ ਟੂ ਕੈਟਰ ਦ ਹਾਊਸਿੰਗ ਫੋਰ ਲੋਕਲ ਰੈਜੀਡੈਂਟਸ ਐਜ ਵੈਲ ਐਜ਼ ਇੰਟਰਨੈਸ਼ਨਲ ਸਟੂਡੈਂਟਸ। ਉਹਦੇ ਵਿੱਚ ਸਭ ਤੋਂ ਜ਼ਿਆਦਾ ਡਿਮਾਂਡ ਹੈ ਕੰਸਟਰਕਸ਼ਨ ਸੈਕਟਰ ਦੇ ਵਿੱਚ। ਕੰਸਟਰਕਸ਼ਨ ਸੈਕਟਰ ਦੇ ਵਿੱਚ ਕੰਮ ਕਰਨ ਲਈ ਬਹੁਤ ਸਾਰੇ ਮਾਈਗ੍ਰੈਂਟਸ ਦੀ ਲੋੜ ਹੈ, ਇੱਥੇ ਇੰਟਰਨੈਸ਼ਨਲ ਸਟੂਡੈਂਟਸ ਦੀ ਲੋੜ ਹਨ। ਸੋ ਅਗੇਨ, ਕੈਨੇਡਾ ਮਾੜਾ ਨਹੀਂ ਹੈ, ਕੈਨੇਡਾ ਨੈਗੇਟਿਵ ਨਹੀਂ ਹੈ। ਇਹ ਏਜੰਟਸ ਨੇ ਜਿਹੜੇ ਕੈਨੇਡਾ ਨੂੰ ਨੈਗੇਟਿਵ ਦਿਖਾ ਰਹੇ ਹੈ, ਪੋਟਰੇ ਕਰ ਰਹੇ ਹੈ, ਬਿਕੋਜ਼ ਉਹਨੂੰ ਉਹ ਕੌੜੀਆਂ ਦੇ ਪਾਕ ਖਤਮ ਕਰਨਾ ਚਾਹੁੰਦੇ ਤਾਂ ਕਿ ਸਟੂਡੈਂਟ USA, UK ਇਹਨਾਂ ਕੰਟਰੀਜ਼ ਵੱਲ ਦੇਖੇ।